ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਹੁਸ਼ਿਆਰਪੁਰ ਵਿਖੇ ਬਾਅਦ ਦੁਪਹਿਰ ਕਰੀਬ 3 ਵਜੇ ਘੰਟਾਘਰ ਚੌਂਕ ਬਾਜ਼ਾਰ ਵਿੱਚ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਇੱਥੇ ਸਥਿਤ ਲਕਸ਼ਮੀ ਡਰਾਈ ਕਲੀਨਰ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਦੁਕਾਨ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਦੁਕਾਨਦਾਰ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ, ਜਿਸ ਨਾਲ ਦੁਕਾਨ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਕੀ ਨਾਮ ਆ? ਗੁਰਦੀਪ ਸਿੰਘ। ਕੀ ਹੋਇਆ ਅੰਕਲ, ਕਿੱਦਾਂ ਅੱਗ ਲੱਗੀ? ਸਪਾਰਕਿੰਗ ਹੋ ਗਈ, ਚਾਰ ਦੀ ਸਪਾਰਕਿੰਗ, ਸਰਕਟ ਛੋੜ ਹੋ ਗਿਆ। ਸਰਕਟ ਛੋੜ ਹੋ ਗਿਆ। ਕਾਹਦੀ ਦੁਕਾਨ ਹੈ? ਡਰਾਈ ਕਲੀਨ। ਕੀ ਨਾਮ ਦੁਕਾਨ ਦਾ? ਲਕਸ਼ਮੀ ਡਰਾਈ ਕਲੀਨ। ਕੋਈ ਅੰਦਾਜ਼ਾ ਹੈ ਕਿੰਨਾ ਕੁ ਨੁਕਸਾਨ ਹੋ ਗਿਆ? ਹਾਂਜੀ, ਕਿੰਨਾ ਕੁ ਨੁਕਸਾਨ, ਕੋਈ ਅੰਦਾਜ਼ਾ? ਮੈਂ ਤੁਹਾਨੂੰ ਦੇਖ ਕੇ ਪਹਿਲਾਂ ਜੀ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ। ਕੀ ਨਾਮ ਹੈ ਜੀ? ਮੇਰਾ ਵਿਨੋਦ ਕੁਮਾਰ ਜੀ, ਫਾਇਰ ਅਫਸਰ ਜੀ। ਹੁਸ਼ਿਆਰਪੁਰ ਤੋਂ ਸੁਖਵਿੰਦਰ ਘੁੰਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।